ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ ਹੋਰ ਬਾਬਾ ਜੀ ਚੜ੍ਹਦੀ ਕਲਾ, ਬੜੇ ਆਨੰਦ ਮੰਗਦਾ ਚੜ੍ਹਦੀ ਕਲਾ। ਅੱਛਾ, ਬੇਨਤੀ ਇੱਦਾਂ ਹੈ ਵੀ ਸੰਤ ਪ੍ਰੇਮਾਨੰਦ ਜਿਹੜੇ ਵਰਿੰਦਾਵਨ ਵਾਲੇ ਆ, ਉਹਨਾਂ ਹਾਂਜੀ, ਬਾਰੇ ਤੁਹਾਡੇ ਕੀ ਵਿਚਾਰ ਨੇ? ਵਧੀਆ ਵਿਚਾਰ ਨੇ, ਰੱਬ ਦਾ ਨਾਂ ਜਪਾਉਂਦੇ ਆ ਹਾਂਜੀ ਅਤੇ ਸੰਗਤਾਂ ਨੂੰ ਚੰਗੇ ਰਾਹ ਲਾਉਣ ਦੀ ਕੋਸ਼ਿਸ਼ ਕਰਦੇ ਆ ਜੀ, ਬਿਲਕੁਲ ਜਿਹੜੀਆਂ ਉਹਨਾਂ ਦੀਆਂ ਸੰਗਤਾਂ ਨੇ। ਹਾਂਜੀ। ਅਤੇ ਬਾਬਾ ਜੀ ਬੇਨਤੀ ਇੱਦਾਂ ਹੈ ਵੀ ਮੈਂ ਨਾ ਉਹਨਾਂ ਦੀ ਇੱਕ ਵੀਡੀਓ ਵੇਖਣ ਆ ਇੰਸਟਾਗ੍ਰਾਮ ਅਤੇ ਯੂਟਿਊਬ ਦੇ ਵਿੱਚ ਕੋਈ ਮਸਲਾ ਹੋ ਅੱਜ ਗਿਆ? ਕੱਲ੍ਹ, ਹਾਂਜੀ ਅੱਜ ਕੱਲ੍ਹ ਨਾ ਬੜੀ ਵਾਇਰਲ ਹੁੰਦੀ ਵੀਡੀਓ। ਅੱਛਾ ਹਾਂਜੀ, ਉਹ ਇੱਦਾਂ ਹੈ ਵੀਡੀਓ ਵੀ ਉਹ ਨਾ ਜਪੁਜੀ ਸਾਹਿਬ ਦਾ ਉਚਾਰਨ ਕਰਨ ਦੇ ਨੇ ਨੰਗੇ ਸਿਰ, ਅਤੇ ਦੂਜਾ ਇਹ ਵੀ ਉਹ ਬਾਣੀ ਥੋੜ੍ਹੀ ਸੰਥਿਆ ਨਹੀਂ ਉਹਨਾਂ ਦੀ ਹੋਈ ਜਿੱਦਾਂ, ਹੈ ਨਾ, ਉਹ ਥੋੜ੍ਹੀ ਗਲਤ ਪੜ੍ਹਨ ਦੇ ਬਾਣੀ, ਅਤੇ ਤੀਜਾ ਇਹ ਆ ਵੀ ਉਹ ਨਾ ਜਿੱਦਾਂ ਫੋਟੋਆਂ ਨਹੀਂ ਹੁੰਦੀਆਂ ਆਪਣੇ ਗੁਰੂ ਨਾਨਕ ਆਪਾਂ ਦੇਵ ਜੀ ਇੱਕ ਇੱਕ ਮਾਰੇ। ਕਰਕੇ ਕਰ ਲਈਏ ਗੱਲ, ਹੈ ਇੱਕ ਇੱਕ ਕਰਕੇ ਗੱਲ ਕਰੀਏ ਆਪਾਂ। ਪਹਿਲੀ ਗੱਲ ਜਿਹੜੀ ਤੁਸੀਂ ਕਹੀ ਵੀ ਜਪੁਜੀ ਸਾਹਿਬ ਦਾ ਆਚਰਨ ਕਰ ਰਹੇ, ਹਾਂਜੀ, ਉਚਾਰਨ ਸ਼ੁੱਧ ਸੀ? ਨਹੀਂ ਬਾਬਾ ਜੀ, ਆਚਰਨ ਸ਼ੁੱਧ ਨਹੀਂ ਸੀ, ਮਤਲਬ ਜਪੁਜੀ ਸਾਹਿਬ ਦੀ ਬਾਣੀ ਗਲਤ ਪਰ ਪੜ੍ਹੀ। ਪੜ੍ਹਨ ਬੜੀ ਭਾਵਨਾ ਨਾਲ ਦੇ ਸੀ। ਹਾਂ, ਪੜ੍ਹਨ ਭਾਵਨਾ ਨਾਲ ਡੇ ਸੀ, ਭਾਵਨਾ ਵੱਡੀ ਹੁੰਦੀ ਵੈਸੇ, ਅੱਛਾ ਜੀ, ਪਰ ਬਾਣੀ ਨੂੰ ਵੱਧ ਤੋਂ ਵੱਧ ਸ਼ੁੱਧ ਪੜ੍ਹਨਾ ਚਾਹੀਦਾ ਹੈ। ਜੀ, ਉਹਦੇ ਕਈ ਕਾਰਨ ਨੇ। ਇੱਕ ਤਾਂ ਉਹ ਨੇ ਵਿਦਵਾਨ ਸੰਸਕ੍ਰਿਤ ਦੇ, ਨਾ ਕਿ ਗੁਰਮੁਖੀ ਦੇ। ਜੀ ਬਿਲਕੁਲ। ਹੁਣ ਜਿਹੜੀ ਸੰਸਕ੍ਰਿਤ ਦੀ ਉਹਨਾਂ ਸੰਥਿਆ ਲਈ ਜਾਂ ਸੰਸਕ੍ਰਿਤ ਦੀ ਮੁਹਾਰਨੀ ਕੀਤੀ ਹੈ, ਹਾਂਜੀ, ਉਹ ਕੋਸ਼ਿਸ਼ ਕਰਨਗੇ ਜੇਕਰ ਗੁਰਬਾਣੀ 'ਤੇ ਟਿਕਾਉਣ ਦੀ, ਤਾਂ ਉਹ ਸਹੀ ਉਚਾਰਨ ਕਿੱਦਾਂ ਹੋਜੂਗਾ? ਉਹਦੇ ਲਈ ਗੁਰਮੁਖੀ ਦੀ ਦਾ ਜਿਹੜੀ ਆ ਸੰਥਿਆ ਲੈਣੀ, ਮੁਹਾਰਨੀ ਪੜ੍ਹਨੀ, ਗੁਰਮੁਖੀ 'ਚ ਪੜ੍ਹਨਾ ਬੜੀ ਜ਼ਰੂਰੀ ਆ। ਹਾਂਜੀ। ਹੁਣ ਇੱਕ ਉਦਾਹਰਣ ਦਿੰਦਾ। ਹਾਂਜੀ। ਉਦਾਹਰਣ ਇਹ ਆ ਕਿ ਕਈ ਲੋਕ ਕੀ ਕਰਦੇ ਨੇ ਵੀ ਗੁਰਬਾਣੀ ਨੂੰ ਹਿੰਦੀ ਦਾ ਗੁਟਕਾ ਸਾਹਿਬ ਲੈ ਕੇ ਪੜ੍ਹਨ ਲੱਗ ਪੈਂਦੇ ਆ। ਹਾਂਜੀ, ਇੰਗਲਿਸ਼ 'ਚ ਵੀ ਗੁਟਕਾ ਸਾਹਿਬ ਬਣੇ ਆ। ਹਾਂ, ਹਿੰਦੀ ਦਾ ਜਦੋਂ ਗੁਟਕਾ ਸਾਹਿਬ, ਉਹਦੇ 'ਚ ਕੀ ਹੁੰਦਾ ਵੀ ਗੁਰਮੁਖੀ 'ਚ ਨਹੀਂ ਗੁਰਬਾਣੀ ਲਿਖੀ ਹੁੰਦੀ, ਹਿੰਦੀ 'ਚ ਲਿਖੀ, ਦੇਵਨਾਗਰੀ 'ਚ ਲਿਖੀ ਹੁੰਦੀ ਆ। ਹੁਣ ਦੇਵਨਾਗਰੀ 'ਚ ਟਿੱਪੀ ਨਹੀਂ ਹੁੰਦੀ, ਉਹ ਕੀ ਕਰਦੇ ਨੇ ਕਿ ਬਿੰਦੀ ਨੂੰ ਟਿੱਪੀ ਪਾ ਦਿੰਦੇ ਨੇ, ਇਹ ਟਿੱਪੀ ਨੂੰ ਜਿੱਥੇ ਗੁਰਬਾਣੀ 'ਚ ਟਿੱਪੀ ਆਈ ਆ ਉੱਥੇ ਉਹ ਬਿੰਦੀ ਪਾ ਦਿੰਦੇ ਆ। ਹੁਣ ਇਹ ਤਾਂ ਨਰਾਦਰ ਹੋ ਗਿਆ, ਸਿੱਧਾ ਗੁਰਬਾਣੀ 'ਚ ਤਾਂ ਅੱਖਰ ਇੱਕ ਲੀਕ ਇੱਕ ਛਣਕਾ ਮਾਤਰ ਵੀ ਬਦਲਾਅ ਨਹੀਂ ਹੋ ਸਕਦਾ, ਪਰ ਇਹ ਵੱਡੇ ਪੱਧਰ 'ਤੇ ਬਦਲਾਅ ਕੀਤਾ ਜਾ ਰਿਹਾ। ਲਿਪੀ ਰੂਪਾਂਤਰਣ ਹੀ ਕ੍ਰਾਈਮ ਆ, ਇਹ ਗੁਰਬਾਣੀ ਦੀ ਬੇਅਦਬੀ ਹੈ ਜੀ। ਹੁਣ ਜਿੱਥੇ ਉਹ ਕਰ ਰਹੇ ਆ, ਅਣਜਾਣੇ 'ਚ ਕਰ ਰਹੇ ਨੇ, ਜਾਣੇ 'ਚ ਕਰ ਰਹੇ ਨੇ, ਪਰ ਚਾਹੀਦਾ ਤਾਂ ਇਹ ਆ ਕਿ ਉਹਨਾਂ ਨੂੰ ਗੁਰਮੁਖੀ ਸਿੱਖਣ ਜੀ, ਗੁਰਮੁਖੀ ਦਾ ਗੁਟਕਾ ਸਾਹਿਬ ਗੁਰਮੁਖੀ ਦੀ ਪੋਥੀ ਤੋਂ ਜਪੁਜੀ ਸਾਹਿਬ ਦਾ ਜਾਪ ਕਰਨ, ਅਤੇ ਜਦੋਂ ਗੁਰਮੁਖੀ ਦੀ ਮੁਹਾਰਨੀ ਕੀਤੀ ਹੋਊਗੀ ਹਾਂਜੀ, ਤਾਂ ਉਚਾਰਨ ਸ਼ੁੱਧ ਆਊਗਾ, ਨਹੀਂ ਤਾਂ ਉਚਾਰਨ 'ਚ ਫਰਕ ਆਊਗਾ ਹੀ ਆਊਗਾ। ਅੱਛਾ ਜੀ, ਇਹ ਕਾਰਨ ਆ। ਅਤੇ ਉਹਨਾਂ ਨੂੰ ਹੋ ਸਕਦਾ ਜਾਂ ਤਾਂ ਪਤਾ ਨਾ ਹੋਵੇ, ਅਤੇ ਜਿਸ ਤਰ੍ਹਾਂ ਭਾਵਨਾ ਉਹਨਾਂ ਦੀ ਲੱਗਦੀ ਹੈ ਜਾਪ ਕਰਨ ਦੀ, ਹਾਂਜੀ ਬਾਬਾ ਜੀ, ਮੈਂ ਵੇਖਿਆ ਉਹ ਲੱਗਦਾ ਵੀ ਚੰਗਾ ਕਰ ਰਹੇ ਆ ਆਪਣੇ ਲੱਗੇ, ਵੱਲੋਂ ਉਹਨਾਂ ਨੇ ਵਧੀਆ ਕਰ ਆਪਣੀ ਰਹੇ ਸੰਗਤ ਵੀ ਪਾਈ ਆ, ਉਹ ਸੰਗਤ ਵੀ ਸੁਣਦੀ ਪਈ ਥੜੇ, ਅਤੇ ਜਿਨ੍ਹਾਂ ਦੀ ਉਹ ਬਾਣੀ ਪੜ੍ਹ ਰਹੇ ਆ, ਹਾਂਜੀ, ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਅਤੇ ਉਹਨਾਂ ਦਾ ਹੁਕਮ ਨਹੀਂ ਮੰਨਣਾ, ਉਹ ਕਹਿੰਦੇ ਸਿਰ ਢੱਕ ਕੇ ਪੜ੍ਹੋ। ਹਾਂਜੀ, ਜਦੋਂ ਗੁਰੂ ਨਾਨਕ ਸਾਹਿਬ ਦਾ ਹੁਕਮ ਆ ਹਾਂਜੀ ਵੀ ਸਿਰ ਜਿਹੜਾ ਢੱਕਿਆ ਹੋਣਾ ਚਾਹੀਦਾ ਹੈ ਬਾਣੀ ਦੇ ਅਦਬ ਦੇ ਵਿੱਚ, ਅਤੇ ਉਹਨੂੰ ਫਿਰ ਉਹ ਗੀਤਾ ਵਾਂਗੂ ਜਾਂ ਕਿਸੇ ਪੁਰਾਣ ਵਾਂਗੂ ਜਾਂ ਰਮਾਇਣ ਵਾਂਗੂ ਨਹੀਂ ਪੜ੍ਹ ਸਕਦੇ ਜੀ। ਜਿਹਦੇ ਹੀ ਤੁਸੀਂ ਪੜ੍ਹ ਰਹੇ ਜੀ ਉਹਦਾ ਹੁਕਮ ਤਾਂ ਮੰਨੋ, ਜਦੋਂ ਪ੍ਰਤੱਖ ਨਜ਼ਰ ਆ ਰਿਹਾ ਹੁਕਮ ਹੀ ਨਹੀਂ ਮੰਨ ਰਹੇ। ਕੀ ਕਹਿੰਦੇ ਆ ਇੱਕ ਸੁਖਮਨੀ ਸਾਹਿਬ 'ਚ ਬਚਣ ਆਉਂਦਾ, ਮਨ ਸਾਚਾ ਮੁਖ ਸਾਚਾ ਸੋਏ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਪਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆ। ਮਨੋਂ ਵੀ ਸੱਚਾ ਹੋਣਾ ਚਾਹੀਦਾ ਜੀ, ਤੇ ਮੁੱਖ ਤੋਂ ਵੀ, ਸਾਹਮਣੇ ਜੋ ਦੇਖ ਰਿਹਾ ਨਾ ਜੀ ਉਹ ਸਾਹਮਣੇ ਪ੍ਰਤੱਖ ਵੀ ਹੋਣਾ ਚਾਹੀਦਾ ਜੀ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਵੀ ਜੇ ਉਸ ਨੰਗੇ ਸਿਰ ਨੇ ਤਾਂ ਸਿਰ ਢੱਕਿਆ ਹੋਣਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਆ। ਜਿਹਦੀ ਤੁਸੀਂ ਬਾਣੀ ਪੜ੍ਹ ਰਹੇ ਜੇ, ਤੁਸੀਂ ਕਹਿ ਰਹੇ ਜੇ ਉੱਤਮ ਬਾਣੀ ਹੈ,
ਧੁਰਕੀ ਬਾਣੀ ਹੈ, ਅੰਮ੍ਰਿਤ ਬਾਣੀ ਹੈ ਜਿਸ ਤਰ੍ਹਾਂ ਉਹ ਕਹਿੰਦੇ ਨੇ, ਤਾਂ ਫਿਰ ਇਹ ਤਾਂ ਕੋਈ ਵੱਡਾ ਵਿਸ਼ਾ ਹੀ ਨਹੀਂ ਸੀ ਵੀ ਸਿਰ ਢੱਕ ਕੇ ਪੜ੍ਹ ਲੈਂਦੇ। ਹੁਣ ਬੜੇ ਸਿੰਧੀ ਸਿੱਖ ਨੇ, ਮੋਨੇ ਹੁੰਦੇ ਨੇ ਜੀ, ਬੜੇ ਹਿੰਦੂ ਪਰਿਵਾਰ ਨੇ ਜੀ, ਉਹ ਸਿਰ ਢੱਕ ਕੇ ਬਾਣੀ ਪੜ੍ਹਦੇ ਆ, ਅਤੇ ਮੈਨੂੰ ਲੱਗਦਾ ਢੱਕ ਕੇ ਪੜ੍ਹਨਾ ਚਾਹੀਦਾ। ਅਤੇ ਦੂਜਾ ਬਾਬਾ ਜੀ ਉਹ ਫੋਟੋਆਂ ਨੂੰ ਤਿਲਕ ਲਾਉਂਦੇ ਪਏ, ਜਿੱਦਾਂ ਗੁਰੂ ਨਾਨਕ ਸਾਹਿਬ ਦੀ ਫੋਟੋ, ਗੁਰੂ ਅਮਰਦਾਸ ਸਾਹਿਬ ਜੀ ਦੀ ਫੋਟੋ ਹੋ ਗਈ, ਅਤੇ ਉਹ ਵੈਸੇ ਸਤਿਕਾਰ ਵੀ ਕਰਦੇ ਪਏ ਆ, ਅਤੇ ਇੱਦਾਂ ਆਪਣੇ 'ਚ ਕੋਈ ਫੋਟੋਆਂ ਤਾਂ ਹੈਗਾ ਕਿ ਪਰਮ ਸਾਹਿਬ ਦਾ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਫੋਟੋਆਂ ਨੂੰ ਤਿਲਕ ਲਾਉਣਾ ਜਾਂ ਨਹੀਂ ਲਾਉਣਾ, ਇਸ ਤਰ੍ਹਾਂ ਹੈ ਨਾ ਵੀ ਜੇਕਰ ਤਾਂ ਆਪਾਂ ਵੇਖੀਏ ਉਹਨਾਂ ਦਾ ਮਤ, ਉਹਨਾਂ ਦੀ ਮਤ ਵੇਖੀਏ। ਇੱਕ ਹੁਣ ਚੀਜ਼ ਹੈ ਵੀ ਇੱਕ ਸਿੱਖ ਦੇਖੋ, ਇੱਕ ਖਾਲਸਾ ਦੇਖੋ, ਉਹਦੇ ਲਈ ਗੁਰੂ ਤਾਂ ਪ੍ਰਤੱਖ ਹੈ। ਹਾਂਜੀ ਹਾਂਜੀ ਬਿਲਕੁਲ, ਸਾਡੇ ਕੋਲ ਗੁਰੂ ਹਾਜ਼ਰ ਨਾਜ਼ਰ ਹੈ, ਹਾਜ਼ਰ ਨਾਜ਼ਰ, ਅਸੀਂ ਬਾਣੂ ਨੂੰ ਗੁਰੂ ਮੰਨਦੇ ਹਾਂ ਜੀ, ਬਾਣੀ ਖਾਲਸਾ ਸਾਡੇ ਕੋਲ ਗੁਰੂ ਰੂਪ ਸਰੀਰ ਰੂਪ ਹੈ ਜੀ, ਗੁਰੂ ਪੰਥ ਖਾਲਸਾ, ਅਸੀਂ ਨਮਸਕਾਰ ਕਰਦੇ ਹਾਂ ਜਿਹਦੇ ਕੋਲ ਤਾਂ ਹਾਜ਼ਰ ਨਾਜ਼ਰ ਹੈ, ਉਹਨੂੰ ਫੋਟੋ ਨੂੰ ਤਿਲਕ ਲਾਉਣ ਦੀ ਲੋੜ ਹੀ ਨਹੀਂ। ਜਿਹਦੇ ਕੋਲ ਹਾਜ਼ਰ ਨਾਜ਼ਰ ਆ ਉਹ ਸਪੈਸ਼ਲ ਫੋਟੋ ਨੂੰ ਕਿਉਂ ਤਿਲਕ ਲਾਊਗਾ? ਜਿਸ ਨਾਰ ਦਾ ਖਸਮ ਕੋਲ ਬੈਠਾ ਉਹਦੀ ਫੋਟੋ ਨੂੰ ਤਿਲਕ ਲਾਉਂਦੀ ਫਿਰ? ਇਹ ਤਾਂ ਹੈ ਬਾਬਾ ਜੀ, ਇੱਦਾਂ ਤਾਂ ਨਹੀਂ ਨਾ ਹੋ ਸਕਦਾ ਜੀ ਜੀ ਬਿਲਕੁਲ, ਉਹ ਤਾਂ ਉਹਦੀ ਸੇਵਾ 'ਚ ਹਾਜ਼ਰ ਰਹਿੰਦੀ ਹੈ। ਪਰ ਬਾਬਾ ਜੀ ਉਹਨਾਂ ਦੀ ਭਾਵਨਾ ਕੋਈ, ਹਾਂ ਇਹੀ ਗੱਲ ਮੈਂ ਕਰਨ ਲੱਗਾ ਸਾਂ ਵੀ ਉਹ ਭਾਵਨਾ ਜਿਹੜੀ ਆ ਨਾ ਉਹਨਾਂ ਦੀ, ਹਾਂਜੀ, ਉਹ ਆਉਂਦੇ ਨੇ ਹਿੰਦੂ ਮਤ 'ਚੋਂ, ਉਹ ਆਪਣੇ ਇਸ਼ਟ ਨੂੰ ਪਰਮਾਤਮਾ ਨੂੰ ਫੋਟੋ ਜਾਂ ਮੂਰਤੀ 'ਚੋਂ ਦੇਖਦੇ ਆ, ਹਾਂਜੀ, ਅਤੇ ਉਹਨਾਂ ਕੋਲ ਅਜਿਹਾ ਕੋਈ ਵਿਧੀ ਵਿਧਿਆਨ ਨਹੀਂ ਆ ਵੀ ਉਹ ਪ੍ਰਤੱਖ ਗੁਰੂ ਸਾਹਿਬ ਉਹਨਾਂ ਕੋਲ ਹਾਜ਼ਰ ਨਾਜ਼ਰ ਜਾਂ ਪਰਮਾਤਮਾ ਉਹਨਾਂ ਕੋਲ ਹਾਜ਼ਰ ਨਾਜ਼ਰ ਹੋਵੇ। ਇਸ ਕਰਕੇ ਉਹ ਫਿਰ ਜਦੋਂ ਮੂਰਤੀਆਂ 'ਚੋਂ ਦੇਖਦੇ ਤਾਂ ਉਹ ਫਿਰ ਉੱਦਾਂ ਦੀ ਵਿਧੀ ਨਾਲ ਹੀ ਉਹ ਗੁਰੂ ਨਾਨਕ ਸਾਹਿਬ ਦੀ ਵੀ ਪੂਜਾ ਕਰਨੀ ਚਾਹੁੰਦੇ ਆ ਜੀ। ਵੀ ਆਪਾਂ ਇਹਨੂੰ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹ ਬੜਾ ਤਗੜਾ ਮਹਾਂਪਾਪ ਕਰ ਲਿਆ, ਪਰ ਉਹਨਾਂ ਨੂੰ ਸੋਝ ਹੀ ਆਉਂਦੀ ਆ ਵੀ ਉਹ ਆਪਣੇ ਹਿਸਾਬ ਨਾਲ ਠੀਕ ਹੈ ਵੀ ਜਿਹਦੀ ਜਿੰਨੀ ਅਵਸਥਾ ਹੈ। ਨਹੀਂ ਪਰ ਉਹ ਫਿਰ ਵੀ ਸੰਤ ਨੇ, ਜਿੱਦਾਂ ਫਿਰ ਉਹਨਾਂ ਨੂੰ ਆਪਣੇ ਧਰਮ ਬਾਰੇ ਗਿਆਨ ਨਹੀਂ ਆ। ਹਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਉਹ ਉਹਨਾਂ ਦਾ ਇਸ਼ਟ ਜਿਹੜਾ ਉਹ ਜਿਸ ਤਰ੍ਹਾਂ ਆਪਣੇ ਇਸ਼ਟ ਦੀ ਪੂਜਾ ਕਰ ਰਹੇ ਨੇ ਉਸ ਤਰ੍ਹਾਂ ਹੀ ਉਹ ਗੁਰੂ ਨਾਨਕ ਸਾਹਿਬ ਦੀ ਪੂਜਾ ਕਰਨੀ ਚਾਹੁੰਦੇ ਆ। ਅਤੇ ਬਾਬਾ ਜੀ ਉਹ ਉਸੇ ਪੂਜਾ ਦੇ ਵਿੱਚ, ਪਰ ਜੇਕਰ ਹੁਣ ਇੱਕ ਇੱਥੇ ਹੀ ਆਪਾਂ ਸਿੱਖਾਂ ਨੂੰ ਲਈਏ, ਪੰਥ ਨੂੰ ਲਈਏ, ਸਾਡੇ ਕੋਲ ਹਾਜ਼ਰ ਨਾਜ਼ਰ ਸਭ ਕੁਛ ਜੀ ਬਿਲਕੁਲ, ਆਤਮਾ ਗ੍ਰੰਥ 'ਚ ਹੈ, ਸਰੀਰ ਪੰਥ 'ਚ ਹੈ, ਗੁਰਦੁਆਰੇ ਜਾਓ ਵੇਖੋ ਸਿੱਖ ਸੇਵਾ ਕਰਦੇ ਕਿਤੇ ਆਨੰਦ ਦੇ ਨਾਲ, ਗੁਰੂ ਦੀ ਬਾਣੀਆਂ ਪੜ੍ਹ ਰਹੇ ਆ, ਸਰਵਣ ਕਰਨ ਰਹੇ ਆ, ਗੁਰਦੁਆਰੇ ਵੜਨ ਦਿਆ, ਕੋਈ ਜੋੜਿਆਂ ਦੀ ਸੇਵਾ ਕਰਨ ਦਿਆ, ਕੋਈ ਲੰਗਰ 'ਚ ਸੇਵਾ ਕਰ ਰਿਹਾ, ਗੁਰੂ ਹਾਜ਼ਰ ਤਾਜ਼ਰ ਆ, ਉਹਦੇ ਦਰ 'ਤੇ ਜਾ ਬੈਠ ਕੇ ਸਾਰੇ ਸੇਵਾ ਕਰ ਰਹੇ ਨੇ ਜੀ, ਉਹਨਾਂ ਕੋਲ ਅਜਿਹਾ ਵਿਧੀ ਵਿਧਾਨ ਨਹੀਂ ਹੈਗਾ। ਤਾਂ ਠੀਕ ਹੈ ਜੀ, ਸ਼ੰਕਾ ਨਿਰਵਿਤ। ਅਤੇ ਵੈਸੇ ਉੱਦਾਂ ਤੁਹਾਡੇ ਉਹਨਾਂ ਬਾਰੇ ਕੀ ਵਿਚਾਰ ਨੇ ਪ੍ਰੇਮਾਨੰਦ ਜੀ ਬਾਰੇ, ਕਿ ਉਹ ਚੰਗੇ ਸਾਧੂ ਆ, ਚੰਗੇ ਰਾਹ ਲਾਉਂਦੇ ਸੰਗਤਾਂ ਨੂੰ, ਜਾਂ ਕਿੱਦਾਂ ਦਾ ਉਪਦੇਸ਼ ਦਿੰਦੇ ਨੇ, ਕੀ ਉਹਨਾਂ ਬਾਰੇ ਥੋੜ੍ਹਾ ਜਿਹਾ? ਖਾਲਸੇ ਨੂੰ ਹੁਕਮ ਹੈ, ਦਸਮ ਬਾਣੀ ਵਿੱਚ ਆਇਆ, ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਭਾਰਨ। ਖਾਲਸਾ ਗੁਰੂ ਸਾਹਿਬ ਨੇ ਪ੍ਰਗਟ ਕੀਤਾ ਕਿ ਸੰਤਾਂ ਦੀ ਰੱਖਿਆ ਕਰਨੀ ਹੈ, ਧਰਮ ਦੀ ਰੱਖਿਆ ਕਰਨੀ ਹੈ, ਅਧਰਮੀਆਂ ਅਤੇ ਦੁਸ਼ਟਾਂ ਦਾ ਨਾਸ ਕਰਨਾ। ਅਤੇ ਉਹ ਤਾਂ ਧਰਮੀ ਬੰਦੇ ਨੇ, ਹਾਂਜੀ ਧਰਮੀ, ਕੋਈ ਇਸ ਗੱਲ ਨੂੰ ਮੁਨਕਰ ਨਹੀਂ ਹੋ ਸਕਦਾ, ਧਰਮੀ ਨੇ ਅਤੇ ਉਹ ਆਪਣੇ ਧਰਮ ਦੇ ਵਿਧੀ ਉਹਨਾਂ ਵਿਧਾਨ ਅਨੁਸਾਰ ਚੱਲ ਰਹੇ ਨੇ। ਉਹਨਾਂ ਨੂੰ ਜਿਹੜੀਆਂ ਚੀਜ਼ਾਂ ਦਾ ਨਹੀਂ ਗਿਆਨ ਉਹ ਨਹੀਂ ਕਰ ਪਾ ਰਹੇ। ਇਸ ਕਰਕੇ ਮੇਰੇ ਤਾਂ ਵਿਚਾਰ ਇਹ ਨਹੀਂ ਆ ਵੀ ਜੇਕਰ ਬਾਣੀ ਪੜ੍ਹਨੀ ਹੈ ਤਾਂ ਫਿਰ ਗੁਰੂ ਨਾਨਕ ਸਾਹਿਬ ਦਾ ਹੁਕਮ ਵੀ ਮੰਨਣਾ ਚਾਹੀਦਾ, ਮੰਨਣਾ ਚਾਹੀਦਾ। ਠੀਕ ਹੈ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।